कनेक्शन। सत श्री अकाल जी सारे नूं, आई होप तुसी सारे जने ठीक ठाक होंगे। इंटरनेट च प्रॉब्लम आ गई सी मेरे च, आई डोंट नो वाई कि नेट दे विच की प्रॉब्लम आ रही है की नहीं। सो मेरा लाइव होने का एक रीज़न आ, तुसी बहुत सारे मैनू मैसेजेस कर रहे हो। सो मैनू डायरेक्ट पुछ लो तो ज़्यादा वधिया रहूगा। तुसी की पुछना चाहते हो, थोनू की मैसेजेस जिहड़े तुसी भेज रहे हो, कि चीज़ों का जवाब चाहते हो, इत्थे मैनू सीधा सीधा पुछ लो, मैं इत्थे जवाब दे दूंगी। कल्ले कल्ले मैसेज का जवाब देना मैनू लगता औखा काम आ। लाइव सारे जने ईजीली देख सकते, सारे जने सुन सकते। सो इत्थे कोई एडिटिंग भी नहीं होनी, तुसी सीधे सीधे सवाल पुछोगे, थोनू सीधे सीधे जवाब मिल जाएंगे। हेलो जी एकनूर सिंह, थैंक यू सो मच। हुण नैट ठीक, आई थिंक पहला प्रॉब्लम आ रही सी। थैंक यू सो मच रमू। रुचिका हैप्पी बर्थडे। ਭੁੱਲਰ ਜਗਵੀਰ ਦਲਪ੍ਰੀਤ ਢਿੱਲੋਂ ਬਾਰੇ ਕੀ ਵਿਚਾਰ ਆ? ਪਹਿਲੀ ਗੱਲ ਤਾਂ ਇਹ, ਜਿਹੜੇ ਤੁਸੀਂ ਸਾਰੇ ਜਣੇ ਇੱਥੇ ਸਵਾਦ ਲੈਣ ਨੂੰ ਬੈਠੇ ਹੁੰਦੇ ਹੋ ਨਾ, ਉਹਨਾਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ, ਕਿਸੇ ਦੇ ਘਰ ਦਾ ਮਸਲਾ ਆ ਉਹਨੂੰ ਇੰਨਾ ਜ਼ਿਆਦਾ ਨਾ ਉਛਾਲਿਆ ਕਰੋ। ਜਦੋਂ ਚੀਜ਼ਾਂ ਆਪਦੇ ਘਰ ਹੁੰਦੀਆਂ ਨਾ, ਪਤਾ ਤਾਂ ਬੰਦੇ ਨੂੰ ਉਦੋਂ ਲੱਗਦਾ ਹੁੰਦਾ। ਬਹੁਤ ਸੌਖਾ ਹੁੰਦਾ ਕਿਸੇ ਦੇ ਉੱਤੇ ਉਂਗਲ ਚੱਕਣੀ ਕਿ ਇੱਦਾਂ ਉੱਦਾਂ ਫਲਾਣਾ ਢਮਕਾਉਣਾ ਯੇ ਵੋ। ਆਈ ਨੋ ਮੈਂ ਹਮੇਸ਼ਾ ਸਹੀ ਨੂੰ ਸਪੋਰਟ ਕਰਦੀ ਹਾਂ ਅਤੇ ਅੱਜ ਵੀ ਮੈਂ ਸਹੀ ਨੂੰ ਹੀ ਸਪੋਰਟ ਕਰ ਰਹੀ ਹਾਂ। ਬਟ ਦ ਥਿੰਗ ਇਜ਼, ਮੈਂ ਦਲਪ੍ਰੀਤ ਵੀਰੇ ਨਾਲ ਕੰਮ ਕੀਤਾ, ਰਾਈਟ? ਮੈਨੂੰ ਪਤਾ ਅਸੀਂ 3 ਗਾਣੇ ਸ਼ੂਟ ਜਾਂ ਨੈਟਵਰਕ ਪ੍ਰੋਬਲਮ ਆ ਜੀ। ਸਾਰੀਆਂ ਕੁੜੀਆਂ ਨੂੰ ਪਤਾ ਹੀ ਹੋਊਗਾ, ਹਮੇਸ਼ਾ ਇੱਕ ਇਨਸਾਨ ਜਿਹੜਾ ਹੁੰਦਾ ਨਾ, ਉਹ ਹਮੇਸ਼ਾ ਹਰ ਇੱਕ ਲਈ ਵਧੀਆ ਨਹੀਂ ਹੁੰਦਾ ਅਤੇ ਹਰ ਇੱਕ ਲਈ ਮਾੜਾ ਨਹੀਂ ਹੁੰਦਾ, ਠੀਕ ਆ? ਆਈ ਨੋ ਉਹਨਾਂ ਦੀਆਂ ਡੈਫੀਨੇਟਲੀ ਗਲਤੀਆਂ ਹੈਗੀਆਂ, ਜੋ ਉਹਨਾਂ ਨੇ ਕੀਤਾ ਗਲਤ ਆ, ਅਤੇ ਸ਼ਾਇਦ ਜੇ ਮੈਂ ਵੀ ਉੱਥੇ ਹੁੰਦੀ ਅੰਬਰ ਭਾਬੀ ਦੀ ਜਗ੍ਹਾ 'ਤੇ, ਠੀਕ ਆ, ਅਤੇ ਮੇਰਾ ਰਿਐਕਸ਼ਨ ਵੀ ਸੇਮ ਹੀ ਹੋਣਾ ਸੀ। ਬਟ ਜਿਹੜੇ ਲੋਕ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਬਹਿ ਕੇ ਇੱਥੇ ਸਵਾਦ ਲੈ ਰਹੇ ਹਾਂ ਜਾਂ ਇਹ ਪਾ ਰਹੇ ਹਾਂ ਨਾ ਕਿ ਕੱਲ੍ਹ ਮੈਂ ਕੌਰ ਮੂਵਮੈਂਟ ਨੂੰ ਟੈਗ ਕੀਤਾ ਸੀਗਾ, ਅਸੀਂ ਬਾਣੀ ਸੰਧੂ ਨਹੀਂ ਹੈਗੇ ਜੀ ਜਿਹੜੇ ਡਰ ਜਾਂਗੇ, ਪਹਿਲੀ ਗੱਲ ਤਾਂ ਇਹ, ਮੈਂ ਕਿਸੇ ਤੋਂ ਡਰਦੀ ਨਹੀਂ ਹੈਗੀ। ਮੇਰੀ ਮੈਨੇਜਮੈਂਟ ਮੇਰਾ ਪੇਜ ਚਲਾਉਂਦੀ ਆ, ਉਹਨਾਂ ਨੂੰ ਔਨ ਦੀ ਸਪੋਟ ਜੋ ਵਧੀਆ ਲੱਗਾ ਉਹਨਾਂ ਨੇ ਕਰਤਾ। ਮੈਂ ਪੋਸਟ ਕੀਤਾ, ਉਹਨਾਂ ਨੂੰ ਡਿਲੀਟ ਕਰਨੀਆਂ ਸੀ, ਉਹਨਾਂ ਨੇ ਕਰਤੀਆਂ। ਮੇਰਾ ਸਨੈਪਚੈਟ, ਮੇਰਾ ਇੰਸਟਾਗ੍ਰਾਮ ਮੇਰੀ ਮੈਨੇਜਮੈਂਟ ਕੋਲ ਵੀ ਚੱਲਦਾ ਅਤੇ ਮੇਰੇ ਬ੍ਰਦਰ ਕੋਲ ਵੀ ਚੱਲਦਾ, ਠੀਕ ਆ? ਉਹਨਾਂ ਨੇ ਕਰਤਾ ਨਾ, ਮੈਨੂੰ ਕਿਸੇ ਦਾ ਐਡਾ ਉਹ ਡਰ ਆ ਵੀ ਥਰੈਟ ਥਰੂਟ ਵਾਲਾ ਹਿਸਾਬ ਕਿਤਾਬ ਆ ਮੇਰਾ। ਮੇਰਾ ਸਿੱਧਾ ਆ, ਮੈਨੂੰ ਜਿਹੜੀ ਚੀਜ਼ ਠੀਕ ਲੱਗੂਗੀ ਮੈਂ ਉਹੀ ਕਰੂੰਗੀ। ਰੈਸਟ ਆਫ ਦੀ ਥਿੰਗਸ ਆਰ, ਮੈਂ ਕੌਰ ਮੂਵਮੈਂਟ ਦਾ ਦੇਖਿਆ, ਮੈਂ ਡੈਫੀਨੇਟਲੀ ਉਹਨਾਂ ਨੂੰ ਸਪੋਰਟ ਕਰ ਰਹੀ ਹਾਂ ਅਤੇ ਅੱਜ ਵੀ ਕਰ ਰਹੀ ਹਾਂ, ਠੀਕ ਆ? ਜਿਹੜੀ ਚੀਜ਼ ਸਹੀ ਆ ਉਹ ਸਹੀ ਆ। ਬਟ ਜਦੋਂ ਮੈਂ ਉਹਨਾਂ ਦੀਆਂ ਪੋਸਟਾਂ ਜਾ ਕੇ ਦੇਖੀਆਂ ਨਾ, ਮੈਂ ਉੱਥੇ ਇੱਕ ਚੀਜ਼ ਰਿਅਲਾਈਜ਼ ਕੀਤੀ ਕਿ ਉੱਥੇ ਸਿੰਗਰ ਹੀ ਕਿਉਂ ਹਾਈਲਾਈਟ ਹੋ ਰਿਹਾ ਯਾਰ। ਮੈਂ ਵੀ ਇੱਕ ਕੁੜੀ ਹਾਂ ਨਾ, ਮੇਰਾ ਵੀ ਕੁਛ ਪਾਸਟ ਰਿਹਾ, ਹੋਰ ਬੜੀਆਂ ਕੁੜੀਆਂ ਇੱਥੇ ਬੜਾ ਪਾਸਟ ਰਿਹਾ। ਚਲੋ ਆਮ ਕੁੜੀਆਂ ਅੱਗੇ ਆ ਰਹੀਆਂ ਕਿ ਆਰਟਿਸਟ ਇੱਦਾਂ ਕਰਦੇ, ਆਰਟਿਸਟ ਉੱਦਾਂ ਕਰਦੇ, ਯਾਰ ਮੈਂ ਇੱਕ ਕੁੜੀ ਹਾਂ। ਚਲੋ ਮੈਂ ਅੱਜ ਇੱਥੇ ਰਿਵੀਲ ਕਰ ਰਹੀ ਹਾਂ, ਮੇਰੇ ਨਾਲ ਵੀ ਇੱਕ ਪੁਆਇੰਟ ਦੇ ਉੱਤੇ ਆ ਕੇ ਇੱਦਾਂ ਦੀ ਚੀਜ਼ ਕਿਤੇ ਨਾ ਕਿਤੇ ਹੋਈ ਹੋ ਸਕਦੀ ਆ, ਹੋਈ ਹੋ ਸਕਦੀ ਕਿ ਹੋਈ ਹੋਈ ਆ, ਠੀਕ ਆ? ਬਟ ਦ ਥਿੰਗ ਇਜ਼ ਕਿ ਅਸੀਂ ਚੁੱਪ ਹੋ ਗਈਆਂ, ਉਹ ਗੱਲ ਵੱਖਰੀ ਆ। ਦੈਟ ਡਜ਼ਨਟ ਮੀਨ ਕਿ ਇੱਕ ਆਮ ਬੰਦਾ ਜਿਹੜਾ ਉਹ ਗਲਤੀਆਂ ਨਹੀਂ ਕਰਦਾ, ਇੱਕ ਆਰਟਿਸਟ ਹੀ ਕਰਦਾ, ਜਾਂ ਤੁਸੀਂ ਇੱਕ ਆਰਟਿਸਟ ਨੂੰ ਹੀ ਹਮੇਸ਼ਾ ਹਾਈਲਾਈਟ ਕਰ ਲੈਂਦੇ ਹੋ। ਯਾਰ ਕਿਸੇ ਦੇ ਘਰ ਨੂੰ ਤੋੜਨਾ ਇਜ਼ ਨੋਟ ਅ ਗੁੱਡ ਥਿੰਗ। ਮੈਨੂੰ ਉਹ ਚੀਜ਼ ਦਾ ਹੈਗਾ ਆ ਉਹ ਚੀਜ਼ ਦਾ ਦੁੱਖ ਆ ਕਿ ਕੁੜੀਆਂ ਨਾਲ ਗਲਤ ਹੋਇਆ। ਜੇ ਮੇਰੇ ਨਾਲ ਹੋਇਆ ਹੁੰਦਾ ਤਾਂ ਸ਼ਾਇਦ ਮੈਨੂੰ ਤਾਂ ਪਤਾ ਲੱਗਦਾ, ਤੁਸੀਂ ਲੋਕ ਇੱਦਾਂ ਹੀ ਬੋਲੋਗੇ, ਠੀਕ ਆ? ਦੁੱਖ ਹੈਗਾ, ਬਟ ਯਾਰ ਹਰ ਜਗ੍ਹਾ 'ਤੇ ਮੁੰਡੇ ਗਲਤ ਨਹੀਂ ਹੁੰਦੇ, ਹਰ ਜਗ੍ਹਾ 'ਤੇ ਕੁੜੀਆਂ ਗਲਤ ਨਹੀਂ ਹੁੰਦੀਆਂ। ਆਈ ਨੋ ਦਲਪ੍ਰੀਤ ਵੀਰੇ ਦੀ ਗਲਤੀ ਹੈਗੀ ਆ, ਉਹ ਹੈਗੀ ਆ, ਵੀਰਾ ਖੁਦ ਕਨਫੈਸ ਕਰ ਰਿਹਾ, ਮੰਨਦਾ ਜਾਂ ਤਾਂ ਹੋਵੇ ਨਾ, ਜਿਹੜੇ ਬੰਦੇ ਦੀ ਗਲਤੀ ਆ, ਗਲਤੀ ਮੰਨਦਾ ਹੀ ਨਹੀਂ ਆ। ਅਤੇ ਯਾਰ ਜਿਹੜਾ ਬੰਦਾ ਮੰਨ ਹੀ ਰਿਹਾ ਆ ਗਲਤੀ, ਫਿਰ ਆਪਾਂ ਹਮੇਸ਼ਾ ਆਰਟਿਸਟ ਨੂੰ ਹੀ ਕਿਉਂ ਹਾਈਲਾਈਟ ਕਰਦੇ ਹਾਂ? ਆਮ ਬੰਦਾ ਵੀ ਬਹੁਤ ਗਲਤੀਆਂ ਕਰਦਾ। ਕੌਰ ਮੂਵਮੈਂਟ ਨੂੰ ਮੈਂ ਇਹੀ ਚੀਜ਼ ਕਹੂੰਗੀ ਕਿ ਟਰਾਈ ਕਰੋ ਕਿ ਯਾਰ ਠੀਕ ਆ, ਜਿਹੜੀਆਂ ਕੁੜੀਆਂ ਨਾਲ ਗਲਤ ਹੋਇਆ ਮੈਂ ਵੀ ਉਹਨਾਂ ਦੇ ਨਾਲ ਹਾਂ, ਤੁਸੀਂ ਵੀ ਉਹਨਾਂ ਦੇ ਨਾਲ ਹੋ, ਆਈ ਅਗਰੀ। ਜੇ ਕਿਸੇ ਦਾ ਘਰ ਜੁੜਦਾ, ਜ਼ਿਆਦਾ ਵਧੀਆ ਨਹੀਂ ਹੈਗਾ ਕਿ ਆਪਾਂ ਉਹਨਾਂ ਦੇ ਘਰ ਨੂੰ ਜੋੜਨ ਦੀ ਕੋਸ਼ਿਸ਼ ਕਰੀਏ ਬਜਾਏ ਤੋੜਨ ਦੀ? ਇੱਕ ਆਰਟਿਸਟ ਹੀ ਆ, ਇੱਦਾਂ ਦੀਆਂ ਗਲਤੀਆਂ ਕਰਦੇ, ਆਮ ਬੰਦਾ ਨਹੀਂ ਕਰਦਾ। ਇਨਸਾਨ ਚਲੋ ਗਲਤੀਆਂ ਦਾ ਪੁਤਲਾ ਹੈਗਾ ਆ, ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਯਾਰ, ਗਲਤੀ ਕਿਸੇ ਤੋਂ ਵੀ ਹੋ ਸਕਦੀ ਆ। ਮੈਂ ਇਹ ਨਹੀਂ ਕਹਿ ਰਹੀ ਮੈਂ ਦਲਪ੍ਰੀਤ ਵੀਰੇ ਦੀ ਸਪੋਰਟ ਕਰ ਰਹੀ ਹਾਂ ਇੰਡਸਟਰੀ ਕਰਕੇ,
या मैं कोई डर आ या मैं अंबर भाभी की सपोर्ट नहीं कर रही, मैं बिल्कुल उन्होंने सपोर्ट चा। मेरी हूँ तक मतलब ये इंसीडेंट तो बाद दलप्रीत वीर गल नहीं हुई, अंबर भाभी ना हुई आ, मैं उन्होंने सपोर्ट दे विच हैगी हाँ कि उन्होंने वो चीज़ गलत हुई आ, मैं मानती हाँ उस चीज़ को। बट यार असी भी उन्होंने नाल काम किया, सारे मैं बोल रहे तुसी ओ दलप्रीत नू क्यों नहीं अगेंस्ट जा रहे, है ना, वो तुसी क्यों नहीं कुछ बोल रहे। यार मेरे नाल बहुत वधिया रहा वीरा, मैं जिन्ना काम किया मैनू कदे उन्होंने भैन तो बिना गल नहीं की अज तक, मेरी फैमिली दे नाल इन्ना वधिया, मेरा ब्रदर हुंदा आ सारे शूट्स के उत्ते उहदे नाल इन्ना वधिया, भाभी लई हमेशा इन्ना क पॉजिटिव रहा। असी कहना वीरे शूट का थोड़ा जहा होर टाइम वधा लिए अपन नबेड़ लिए, नहीं नहीं थोड़ी भाभी वेट करती आ, भाभी का फोन आया वधिया, ठीक है यार उन्होंने तो गलती हुई मैं मानती हूँ। सो मेरी हाथ बन के सारे बेनती आ जेड़े बिना वजह तो मैनू भी बच्चे इनवॉल्व कर रहे हो तो बेफजूल दे विच नाम जोड़ी जाने हो, यार सब दे घर धियां पैणा हुंदियां उन्हां दा इशू आ। मैं इस करके नहीं कुछ बोल रही सी इत्थे कि यार उन्हां दे घर दा इशू आ, लैट दैम डू, जो उन्होंने करना उन्होंने करन दो, चंगा माड़ा असी उस चीज़ नूं एवें क्यों उछालीए। वह भी एक कुड़ी आ यार, अंबर एक कुड़ी आ, राइट, कल नूं उन्हां दा इशू की रिजोल्व हो के कित्थे बनता की नहीं बनता आपां नूं की पता, आपां एवें सवाद लीजिए विच्चों ते तुसीं मैनू एवें बेफजूल दे विच गालां कढ़ी जांदे हो, किसे गल दा पता नहीं सता नहीं, जिधरों जिहदा जी करदा मूँह च जो आउंदा बोली जांदा बोली जांदा। तो जड़े आ फेसबुक ते पर असी बाणी संधु नहीं हैगे जड़े असी डर जांगे, भैनों मेरी मैं भी डरदी नहीं हैगी, गल सिर्फ इत्थे निबड़दी आ। मैं हमेशा घर नूं जोड़ के खुश हाँ, ना कि चीज़ां नूं तोड़ के। आई अग्री कि कौर मूवमेंट वाले बहुत वधिया स्टैप लै रहे आ, वो कर रहे आ, चंगी गल आ। बट मेरी उन्हां नूं ये रिक्वेस्ट आ, सारी कुड़ी जे तुसी लगियां इंसाफ दवाउण तां फिर सारियां कुड़ियां दे नाल सेम करो, ये नहीं कि जे कोई आर्टिस्ट आ तां तुसी सिर्फ उन्नू ही हाईलाइट करो। मेरा कल जिहड़ी मेरी मैनेजमेंट ने पोस्ट डिलीट की, उन्होंने मैनू भी ठीक है, मैं पहला कौर मूवमेंट का पूरा पेज नहीं देखा, मैं देखा तो मैनू ये चीज़ कितने ना कितने रिलाइज हुई कि यार जरूरी थोड़ा आ कि हमेशा आर्टिस्ट ही इदा का कुछ करते। मैं एक आर्टिस्ट हाँ, मेरे नाल किसी नॉर्मल बंदे ने कुछ ना कुछ इदा का किया, मैं कितने जावा फिर, मतलब फिर आर्टिस्ट ही गलत होंगे या सिर्फ वो लोग गलत होंगे जिन्हों को एक नेम हैगा फेम हैगा। यार गलती किसे तो भी हो सकती है, जे उन्हां दा घर जुड़दा पिया वो जे कोशिश कर लैन आपदा घर जुड़न दी, अगलियां दा घर जुड़ रहा तो जुड़ लैन दो ना, असी विच एवें बोली जीए नजायज़ ही। हुण जी ने जो सवाल पुछने खास करके जिहड़ियां कुड़ियां मैनू विच बोल रही ना जां जिहड़ियां कुड़ियां कह रही कि तुसीं अंबर दी सपोर्ट नहीं कर रहे, यार इदां दा कुछ नहीं हैगा, सीरीयसली आई एम सपोर्टिंग हर, जदों मर्जी पुछियो उन्हां नूं मैं सपोर्ट कर रही हूँ। जो कुड़ी नाल कितने भी कुछ भी गलत हुंदा, मैं कदे इस चीज़ लई नहीं कि हाँ जी कि मैं दलप्रीत वीर नाल काम किया मैनू इंडस्ट्री की कहूगी ये वो, कई जान दो, मैं बिल्कुल उन्हां दी सपोर्ट कर रही हूँ। बट जे मैं अपना पक्ष देखा ना कि मैं दलप्रीत वीर नाल काम किया कि यार वो बंदे ने मैनू कदे कुछ कहा, कदे भी नहीं कहा, मेरी फैमिली मतलब उन्हें कदे मैनू भैन तो बिना गल नहीं की अज तक, मैं क्यों किसी लई माड़ा बोलां। उन्होंने गलती की उत्थे ठीक है यार, हुण चाहे मैं भी हाँ मैनू भी हर कोई लाइक नहीं करता होगा, मैनू इत्थे जे 100 आ तो 100 चो 10 बंदे इदां दे होणगे जिन्हां नूं मैं पसंद ही नहीं होऊंगी, बिल्कुल ही नहीं पसंद होऊंगी, तो मैनू गालां भी कढ़दे होणगे। तो थोनू की लगता कि असी इत्थे धरती ते सिर्फ यही चीज़ लई जम्मिया कि सानू 100 चो 100 ही पसंद करनगे, या असी कदे लाइफ दे विच कोई गलतियां नहीं कीतियां होणगियां। यार जे कोई अपनी गलती करके वह चीज़ नूं सुधार रहा आ, लैट दैम डू, उन्हां नूं सुधारन दो, फिर असी विच क्यों वड़ी जाइए। तुसी जी कौर मूवमेंट वाली पोस्ट डिलीट करती, तुसी अंबर नूं सपोर्ट नहीं करते, पर तुसी दलप्रीत गलत आ, तुसी उन्हूं सपोर्ट कर रहे हैं, तुहानूं थोड़ा नाम प्यारा आ, तुसी इंडस्ट्री करके लाइक कुछ भी थोड़ा जो दिल करूगा तुसी बोलोगे। यार मेरी भी फैमिली आ, मेरे भरा भी देखते आ सारा कुछ, जो तुसी जिहदा दिल करदा तुसी पकाई मारी जांदे हो पोस्टां दे विच, जिहदा दिल करदा तुसी बेफजूल दे मैसेज करी जांदे हो, भरा आया ओ मेरा, लाइक मेरी फैमिली आ। मैं अंबर भाभी नूं बहुत चंगी तरह जानती हूँ, मैं दलप्रीत वीर नूं बहुत वधिया तरीके नाल जानती, अज तक मैं उन्होंने मूहों कदे कुछ भी माड़ा नहीं सुनिया एक दूजे के लिए। मैं किसी नूं की कहां, मैनू इंडस्ट्री ने कदे इदां उंगल चक के नहीं कुछ भी कहा, ठीक है मेरी पिट पिछे कोई की बोलता मैं कदे परवाह नहीं की हैगी, जदों मैं स्ट्रगल करती सी उदों मैनू बड़े तरह के लोग मिले, आई अग्री। बट मैं हुण तक जिन्या ना काम किया मेरे सारे वधिया रहे, जे मैनू कोई कुछ कहूगा तो मैं तो सीधी हुई हाँ, मैं तो बोल ही देना,
ਉਹਨਾਂ ਨੂੰ ਪਤਾ ਮੇਰੇ ਸੁਭਾਅ ਦਾ। ਸੋ ਮੇਰੀ ਸਾਰਿਆਂ ਨੂੰ ਰਿਕੁਐਸਟ ਆ ਯਾਰ, ਜੇ ਕੋਈ ਆਪਣਾ ਘਰ ਬਚਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦਾ ਆ ਤਾਂ ਉਹਨਾਂ ਨੂੰ ਕਰ ਲੈਣ ਦਿਓ ਨਾ। ਅਸੀਂ ਐਵੇਂ ਵਿੱਚ ਟੰਗ ਅੜਾਈ ਜਾਈਏ, ਅਸੀਂ ਐਵੇਂ ਲੋਕਾਂ ਨੂੰ ਇੱਥੇ ਮਸਾਲਾ ਦੇਈ ਜਾਈਏ ਨਿਊਜ਼ ਬਣਾਉਣ ਦੇ ਲਈ। ਇੱਥੇ ਬਹੁਤ ਲੋਕ ਇੱਦਾਂ ਦੇ ਵੀ ਹੋਣਗੇ ਜਿਨ੍ਹਾਂ ਨੇ ਆਪ ਪਤਾ ਨਹੀਂ ਕਿੰਨੀਆਂ ਗਲਤੀਆਂ ਕੀਤੀਆਂ ਹੋਣੀਆਂ ਅਤੇ ਕਦੇ ਮੰਨਿਆ ਵੀ ਨਹੀਂ ਹੋਣਾ ਕਿ ਹਾਂਜੀ ਅਸੀਂ ਗਲਤੀ ਕੀਤੀ ਆ ਅਤੇ ਇੱਥੇ ਆ ਕੇ ਬੋਲ ਰਿਹਾ ਜੀ ਉਹਦੀ ਗਲਤੀ। ਯਾਰ ਅਗਰ ਕੋਈ ਬੰਦਾ ਆਪਦੀ ਗਲਤੀ ਕਰਕੇ ਉਸ ਚੀਜ਼ ਨੂੰ ਕਨਫੈਸ ਕਰ ਰਿਹਾ ਆ, ਉਹਨੂੰ ਸੁਧਾਰਨਾ ਚਾਹੁੰਦਾ ਤਾਂ ਉਹਨੂੰ ਕਰਨ ਦਿਉ ਨਾ ਜੋ ਕਰਦਾ, ਉਹਦੀ ਲਾਈਫ ਆ ਨਾ। ਅਸੀਂ ਕੌਣ ਹੁੰਦੇ ਹਾਂ ਵਿੱਚ ਜੋ ਮਰਜ਼ੀ ਬੋਲਣ ਵਾਲੇ। ਸੋ ਮੇਰੀ ਸਾਰਿਆਂ ਨੂੰ ਰਿਕੁਐਸਟ ਆ, ਕੌਰ ਮੂਵਮੈਂਟ ਨੂੰ ਵੀ ਮੈਂ ਇਹੀ ਚੀਜ਼ ਕਹਿੰਦੀ ਹਾਂ ਕਿ ਤੁਸੀਂ ਮਿਹਰਬਾਨੀ ਕਰਕੇ ਕੋਸ਼ਿਸ਼ ਇਹ ਕਰਿਆ ਕਰੋ। ਐਕਸਪੋਜ਼ ਕਰ ਰਹੇ ਹੋ ਕਰੋ, ਡੈਫੀਨੇਟਲੀ ਕਰੋ, ਬਟ ਯਾਰ ਇਸ ਤੋਂ ਪਹਿਲਾਂ ਇਹ ਵੀ ਨਾਲ ਹੀ ਕੋਸ਼ਿਸ਼ ਰੱਖਿਆ ਕਰੋ ਕਿ ਕੀ ਅਗਲੇ ਦਾ ਘਰ ਜੁੜ ਸਕਦਾ, ਤੁਹਾਨੂੰ ਜੋੜੋ। ਰਿਸ਼ਤੇ ਬਹੁਤ ਵਧੀਆ ਹੁੰਦੇ ਆ, ਹੈ ਨਾ। ਮੇਰੇ ਨਾਲ ਵੀ ਆਪਦੇ ਨਾਲ ਇੱਕ ਪੁਆਇੰਟ 'ਤੇ ਕਿਤੇ ਨਾ ਕਿਤੇ ਕੁਛ ਚੀਜ਼ਾਂ ਹੋਈਆਂ, ਸ਼ਾਇਦ ਮੈਂ ਨਹੀਂ ਬੋਲਣਾ ਚਾਹੁੰਦੀ ਅਤੇ ਮੈਂ ਬੋਲ ਵੀ ਨਹੀਂ ਸਕਦੀ ਗੀ, ਅਤੇ ਮੈਂ ਬੋਲਣਾ ਵੀ ਨਹੀਂ ਚਾਹੁੰਦੀ। ਅਤੇ ਮੈਂ ਤਾਂ ਇੱਦਾਂ ਦੀ ਹਾਂ ਨਾ, ਮੇਰੇ ਨਾਲ ਕੋਈ ਜਿੰਨਾ ਮਰਜ਼ੀ ਮਾੜਾ ਕਰ ਜੇ, ਮੈਂ ਸਿਰਫ ਇੱਕ ਚੀਜ਼ ਸੋਚਦੀ ਹਾਂ ਕਿ ਯਾਰ ਆਪਾਂ ਰਿਵੈਂਜ ਨਹੀਂ ਲੈਣਾ। ਬਾਬਾ ਬੈਠਾ ਉੱਤੇ, ਉਹਨੇ ਆਪੇ ਹੀ ਸਾਰਿਆਂ ਦਾ ਇਨਸਾਫ ਇੱਥੇ ਕਰ ਦੇਣਾ। ਜਿਨ੍ਹਾਂ ਨੂੰ ਬੋਲਣਾ ਚਾਹੀਦਾ ਉਹ ਬੋਲਦੇ ਨਹੀਂ ਪਏ ਹੈਗੇ ਵਿੱਚ, ਤੁਸੀਂ ਐਵੇਂ ਆਪਦੀਆਂ ਟਿੰਡ ਫੋੜੀਆਂ ਦੀਆਂ ਚੱਕ ਕੇ ਮੈਨੂੰ ਫਾਲਤੂ ਦੇ ਮੈਸੇਜ ਕਰੀ ਜਾਂਦੇ ਹੋ ਬੇਫਜ਼ੂਲ ਦੇ ਵਿੱਚ, ਜਿਹਦਾ ਕੋਈ ਸਿਰ ਨਹੀਂ ਕੋਈ ਪੈਰ ਨਹੀਂ। ਪਤਾ ਕੀ ਹੁੰਦੀ ਆ ਗੱਲ, ਇੱਦਾਂ ਹੁੰਦੀ ਆ ਜਦੋਂ ਆਪਣੇ ਘਰ 'ਚ ਚੀਜ਼ਾਂ ਹੁੰਦੀਆਂ ਨਾ ਤਾਂ ਲੋਕਾਂ ਨੂੰ ਹੁੰਦਾ ਕਿ ਆਪਣੇ ਘਰ ਤੋਂ ਵੀ ਬਾਹਰ ਨਾ ਜਾਣ, ਤਾਂ ਜਦੋਂ ਕਿਸੇ ਆਰਟਿਸਟ ਨਾਲ ਉਹ ਚੀਜ਼ਾਂ ਹੋ ਜਾਂਦੀਆਂ ਨਾ ਤਾਂ ਲੋਕ ਉਹਦਾ ਸਵਾਦ ਲੈਣ ਲੱਗ ਜਾਂਦੇ। ਕਿਉਂ ਬਈ, ਸਾਡੇ ਘਰ ਨਹੀਂ ਹੁੰਦੇ, ਸਾਡੀਆਂ ਫੈਮਲੀਆਂ ਨਹੀਂ ਹੁੰਦੀਆਂ, ਤੁਹਾਡੀਆਂ ਫੈਮਲੀਆਂ, ਤੁਹਾਡੀਆਂ ਮਾਵਾਂ ਧੀਆਂ, ਤੁਹਾਡੇ ਭੈਣ ਭਰਾ ਕੁਛ ਜ਼ਿਆਦਾ ਹੁੰਦੇ ਆ। ਤਾਂ ਜਿਹੜੇ ਵਿੱਚ ਦੰਦੀਆਂ ਕੱਢ ਰਹੇ ਆ ਨਾ ਪੁੱਤ, ਕੋਈ ਨਹੀਂ, ਜਿੱਦਣ ਆਪਦੇ ਘਰਾਂ ਦੇ ਵਿੱਚ ਆਹ ਚੀਜ਼ਾਂ ਹੋਣਗੀਆਂ ਨਾ ਉੱਦਣ ਦੇਖਿਓ। ਕਿਸੇ ਦੀ ਮਜਬੂਰੀ ਦਾ ਇੰਨਾ ਵੀ ਫਾਇਦਾ ਨਾ ਚੱਕੋ। ਬਜਾਜ 9279, ਅਤੇ ਮੈਂ ਹੁਣ ਬੋਲਾਂ ਨਾ ਤਾਂ ਤੇਰੇ ਵਰਗਿਆਂ ਦੀਆਂ ਇੱਥੇ ਬਹਿ ਕੇ ਗੱਲਾਂ ਸੁਣਾ ਬੇਫਜ਼ੂਲ ਦੇ ਵਿੱਚ, ਆ ਫੇਕ ਆਈਡੀਆਂ ਜਿਹੀਆਂ ਬਣਾ ਕੇ ਨਾ ਮੈਨੂੰ ਮੈਸੇਜ ਨਾ ਕਰਿਆ ਕਰੋ। ਏਡਾ ਹੀ ਜਿਗਰਾ ਰੱਖਦੇ ਆ ਤਾਂ ਸਿੱਧਾ ਫੋਨ ਕਾਲ ਲਾਇਆ ਕਰੋ, ਮੇਰੀ ਮੈਨੇਜਮੈਂਟ ਦਾ ਨੰਬਰ ਹੈਗਾ ਤੁਹਾਡੇ ਕੋਲ। ਜੇ ਕਿਸੇ ਦਾ ਘਰ ਜੁੜਦਾ ਉਹਨਾਂ ਨੂੰ ਜੋੜ ਲੈਣ ਦਿਓ, ਵਿੱਚ ਤਮਾਸ਼ਾ ਨਾ ਬਣਾਓ ਉਸ ਚੀਜ਼ ਦਾ। ਇੰਨਾ ਕੁ ਤੁਸੀਂ ਮੈਨੂੰ ਸਟ੍ਰੈਸਡ ਕਰਤਾ ਆ ਕਿ ਮੈਂ ਸੋਚਾਂ ਕਿ ਮੈਂ ਆਪਦਾ ਇੰਸਟਾ ਹੀ ਬੰਦ ਕਰਾਂ, ਆਪਦੀ ਸਨੈਪਚੈਟ ਬੰਦ ਕਰਾਂ, ਜਾਂ ਆਪਦਾ ਫੋਨ ਬੰਦ ਕਰਾਂ। ਆ ਵਿੱਚ ਦੰਦੀਆਂ ਤਾਂ ਨਾ ਕੱਢੋ। ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਜਿਨ੍ਹਾਂ ਦੇ ਨਾਲ ਆਪਦੇ ਨਾਲ ਜਿੱਦਣ ਤੁਹਾਡੇ ਘਰਾਂ ਦੇ ਵਿੱਚ ਆ ਚੀਜ਼ਾਂ ਹੋਣਗੀਆਂ ਨਾ, ਪਤਾ ਤੁਹਾਨੂੰ ਉੱਦਣ ਲੱਗਣਾ। ਲੋਕਾਂ ਦੇ ਉੱਤੇ ਗੱਲਾਂ ਬਣਾਉਣੀਆਂ, ਲੋਕਾਂ ਦੇ ਉੱਤੇ ਉਂਗਲਾਂ ਚੱਕਣੀਆਂ, ਲੋਕਾਂ ਨੂੰ ਬੋਲਣਾ ਬਹੁਤ ਸੌਖਾ। ਆਏ ਅਗਰੀ, ਮੈਂ ਇੱਥੇ ਹੁਣ ਵੀ ਐਗਰੀ ਕਰ ਰਹੀ ਹਾਂ ਕਿ ਅੰਬਰ ਭਾਬੀ 110% ਸਹੀ ਆ, ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਵਿੱਚ, ਠੀਕ ਆ। ਦਲ ਹੈਗੀ ਆ, ਅਤੇ ਯਾਰ ਜਿਹੜਾ ਤਾਂ ਜਿਹੜਾ ਬੰਦਾ ਗਲਤੀ ਨੂੰ ਮੰਨ ਰਿਹਾ ਉਹਨਾਂ ਨੂੰ ਮੰਨ ਲੈਣ ਦਿਓ। ਓਕੇ ਜੀ, ਸਤਿ ਸ਼੍ਰੀ ਅਕਾਲ। ਅਤੇ ਹੁਣ ਜੇ ਮੈਨੂੰ ਮੈਸੇਜ ਆਇਆ